ਕਿਸੇ ਤਰੀਕੇ ਨਾਲ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜ਼ੋਰ ਲੱਗਿਆ ਡੀ ਚੋਟੀ ਦਾ। ਪਰ ਲੋਕ ਪੰਜਾਬ ਦੇ ਪੱਬਾਂ ਭਾਰ ਆ, ਉਹ ਕਿਹੜਾ ਜ਼ਿਲ੍ਹਾ, ਉਹ ਕਿਹੜਾ ਪਿੰਡ ਆ, ਉਹ ਕਿਹੜਾ ਸ਼ਹਿਰ ਆ। ਪੰਜਾਬ ਨੀ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਬਾਈ ਟਰਾਲੀਆਂ ਲੈ ਕੇ ਆ ਰਹੇ ਆ, ਕੋਈ ਕਹਿੰਦਾ ਬਾਈ ਟਰੱਕ ਲੱਗਾ ਦੇ, ਕੋਈ ਕਹਿੰਦਾ ਬਾਈ ਬੱਸਾਂ ਲੈ ਕੇ ਆ ਰਹੇ ਆ, ਕੋਈ ਕਹਿੰਦਾ ਬਾਈ ਵੈਨਾਂ ਲੈ ਕੇ ਆ ਰਹੇ ਆ। ਸਿੱਖ ਤਾਂ ਮੇਰਾ ਵੀ ਗੱਲ ਧਿਆਨ ਨਾਲ ਸੁਣ ਲਿਓ। ਸਭ ਤੋਂ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨੀ ਜਮੀ, ਇਹ ਪੂਰਾ ਦਹਿਸ਼ਤ ਦਾ ਮਾਹੌਲ ਬਣਾ ਰਹੇ ਆ। ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ, ਕਹਿੰਦੇ ਬਾਈ ਸਾਨੂੰ ਮੁਨਸ਼ੀ ਦਾ ਫੋਨ ਆਇਆ, ਕੋਈ ਕਹਿੰਦਾ ਸੱਚੋ ਦਾ ਫੋਨ ਆਇਆ, ਉੱਥੇ ਨੀ ਜਾਣਾ, ਐ ਕਰ ਦਿਆਂਗੇ, ਉਹ ਕਰ ਦਿਆਂਗੇ, ਡਾਂਗਾ ਪੈਣਗੀਆਂ। ਕੋਈ ਗੱਲ ਨੀ, ਕਰ ਲਿਓ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ, ਲਾ ਲਿਓ ਰੀਝ, ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ, ਆਵਾਂਗੇ। ਹੁਣ ਪਿੱਛੇ ਹਟਣ ਵਾਲੀ ਗੱਲ ਨੀ ਰਹੇਗੀ, ਕਿਉਂਕਿ ਇਹ ਮਸਲਾ ਜਬਰ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜਾਈ ਆ। ਮਸਲਾ ਕੱਲਾ ਭਾਂਡਾ ਸਿੱਧੂ ਨਹੀਂ ਰਹਿ ਗਿਆ, ਜੋ ਤੁਸੀਂ ਆਵਾਜ਼ ਦੱਬ ਰਹੇ ਹੋ, ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਤੁਸੀਂ ਕਰੀ ਬੈਠੇ ਆ, ਇਹ ਉਹਦੇ ਲਈ ਲੜ ਰਹੇ ਆ। ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ, ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪਰੂਫ ਟਰੈਕਟਰ ਬਣਾ ਲਏ ਗੈਂਗਸਟਰਾਂ ਦਾ ਸਫਾਇਆ ਕਰਨ ਲਈ, ਜੋ ਪਿਛਲੇ ਦਿਨਾਂ ਝੂਠੇ ਮੁਕਾਬਲੇ ਹੋਏ ਆ, ਤੇ ਤੁਸੀਂ ਗੈਂਗਸਟਰ ਕਹਿ ਕੇ ਮਾਰ ਰਹੇ ਹੋ, ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰ ਦਿਓਗੇ, ਜਾਣੀ ਕਿ ਅੱਡੋ ਅੱਡੀ ਤਰੀਕਿਆਂ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ, ਕੋਈ ਪਰਵਾਹ ਨਹੀਂ ਕਰਨੀ। ਜੇ ਕੋਈ SHO, ਕੋਈ DSP, ਕੋਈ ਮੁਨਸੀ, ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ, ਉਹਦੀ ਰਿਕਾਰਡਿੰਗ ਕਰ ਲਓ, ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਫਲਾਣੇ ਥਾਣੇ ਦਾ SHO ਭਾਈ ਸਾਨੂੰ ਫੋਨ ਕਰਦਾ, DSP ਫੋਨ ਕਰਦਾ, ਕੋਈ ਮੁਨਸੀ ਫੋਨ ਕਰਦਾ, ਤੁਹਾਡੇ ਘਰਾਂ ਚ ਆਉਂਦੇ ਦੀ ਵੀਡੀਓ ਬਣਾ ਕੇ ਵਾਇਰਲ ਕਰੋ। ਇਹਨਾਂ ਦੇ ਜਬਰ ਦਾ ਜੋ ਤਾਨਾਸ਼ਾਹ ਰਵੱਈਆ ਅਪਣਾਇਆ ਹੋਇਆ ਇਹਨਾਂ ਨੇ, ਉਹਦਾ ਵੀ ਲੋਕਾਂ ਨੂੰ ਪਤਾ ਲੱਗੇ, ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ, ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾਲ ਜਿਹੜਾ ਡਰੋ ਨਾ, ਡਰ ਕੇ ਅੱਜ ਘਰਾਂ ਚ ਬੈਠ ਗਏ, ਜਾ ਕੇ ਘਰਾਂ ਚ ਬੈਠਣ ਨੂੰ ਦੱਬਣਗੇ, ਤੁਸੀਂ ਭੁੱਲ ਜੇ ਵੀ ਤੁਹਾਡੇ ਘਰਾਂ ਚ ਅੱਗ ਪਹੁੰਚਣੀ ਨੀ, ਸੇਕ ਪਹੁੰਚਣਾ ਨੀ। ਹੁਣ ਬੇੜਾ ਡਰਨ ਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ, ਜਿਵੇਂ ਉਦੋਂ ਡਿਬਰੂਗੜ੍ਹ ਵਾਲੇ ਬਣਾਇਆ ਸੀਗਾ, ਟੀਮਾਂ ਮੰਗਾ ਲਈਆਂ ਬਾਹਰੋਂ, ਸੈਕਟਰ ਤੋਂ ਮੰਗਾ ਲਈਆਂ ਫੋਰਸਾਂ, ਨੈਟ ਬੰਦ ਕਰਤੇ ਜੀ। ਹੁਣ ਵੀ ਇਹ ਪੂਰਾ ਵਰਤਾਂਤ ਆਏ ਸਿਰਜਣਗੇ ਮੀਡੀਆ ਰਾਹੀਂ, ਦੇਖੋ ਜੀ ਸੋਣੀ ਜੀ ਤਬਦੀਲ ਕਰਤਾ ਸੰਦੂਰ ਜੀ, ਸਾਰੇ ਪੰਜਾਬ ਦੀ ਪੁਲਿਸ ਲਿਆ ਲਈ ਜੀ। ਕੋਈ ਗੱਲ ਨੀ, ਪੰਜਾਬ ਦੀ ਛੱਡੋ, ਚਾਹੇ ਇਹ ਸੈਕਟਰ ਦੀਆਂ ਸਾਰੀਆਂ ਫੋਰਸਾਂ ਲਿਆ ਕੇ ਇੱਥੇ ਲਾ ਲਏ, ਪਰ ਮੈਂ ਇੱਕੋ ਗੱਲ ਕਹਿਣਾ ਕਿ ਇਹ ਜਬਰ ਦੇ ਖਿਲਾਫ ਲੜਾਈ ਹੈ, ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ, ਸਾਡੇ ਰਹਿਬਰਾਂ ਦਾ, ਯੋਧਿਆਂ ਦਾ ਇੱਕ ਸਿਧਾਂਤ ਰਿਹਾ, ਉਹਨਾਂ ਦਾ ਕਹਿਣਾ ਜਬਰ ਦੇ ਖਿਲਾਫ ਈਨ ਨਹੀਂ ਮੰਨਣੀ, ਜ਼ੁਲਮ ਦੇ ਖਿਲਾਫ ਡਟ ਕੇ ਟਾਕਰਾ ਕਰਨਾ। ਸਭ ਤੋਂ ਵੱਡੀਆਂ ਉਦਾਹਰਨਾਂ ਸਾਡੇ ਕੋਲ ਸਾਡੇ ਗੁਰੂਆਂ ਦੀਆਂ, ਜਬਰ ਦਾ ਸਬਰ ਨਾਲ ਮੁਕਾਬਲਾ ਕਿਵੇਂ ਕੀਤਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਕੋਈ ਗੱਲ ਨੀ ਭੌਂਸਿਆਂ, ਜੇ ਤੇਰੇ ਹਲੇ ਮਨ ਚ ਕੋਈ ਹੈਗਾ ਵੀ ਹੋਰ ਮੈਂ ਲੋਕਾਂ ਨੂੰ ਕੁੱਟਮਾਰ ਕਰਨੀ ਹੈ, ਹਲੇ ਤੇਰਾ ਚਾਹ ਪੂਰਾ ਨਹੀਂ ਹੋਇਆ, ਜੇਲਾਂ ਸੱਟ ਕੇ ਨਸੇ ਵੀ ਲਾ ਕੇ ਤੂੰ ਦੇਖ ਲਈਆਂ, ਅੱਜ ਵੀ ਉਹਨਾਂ ਨੌਜਵਾਨ ਤੇ ਹੱਥ ਢਾ ਰਿਹਾ, ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ, ਮੂਸੇ ਵਾਲਾ ਮਸਲਾ ਵੀ, ਤੁਸੀਂ ਬੱਚੀ ਰੋੜਤਾ, ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ, ਉਦੋਂ ਵੀ ਲੋਕ ਉੱਠ ਖੜਦੇ ਚੰਗੇ ਰਹਿੰਦੇ, ਪਰ ਲੋਕ ਚੁੱਪ ਰਹੇ ਕਿ ਆਪਾਂ ਹਰ ਹਾਲਤ ਦੇ ਵਿੱਚ ਆ ਸੁਣਿਓ ਸੁਸ਼ਮਾ ਸਵਰਾਜ ਨੂੰ ਕਹਿ ਰਹੇ ਸੀ ਇਹ ਟਰੈਵਲ ਏਜੰਟ ਚੜਨੇ ਦੀ ਇੱਥੋਂ
ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨੀ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ ਚੜਾ ਕੇ ਗੋਲੀ ਮਾਰ ਦੋ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦੋ, ਜੇ ਕੋਈ ਕ੍ਰਾਈਮ ਕਰਕੇ ਭੱਜ ਕੇ ਲੱਤਾਂ ਵੱਢ ਦੋ, ਇਹ ਤਾਂ ਹੈ ਨੀ ਨਾ, ਆਪਣੇ ਕਾਨੂੰਨ ਮੁਤਾਬਕ ਹੈ। ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕਿਆ, ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ, ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ। ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉੱਥੇ ਲੋਕ ਸਭਾ ਚ ਬੋਲਦੇ ਰਹੇ ਟਰੈਵਲ ਏਜੰਟਾਂ ਦੇ ਖਿਲਾਫ, ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲਿਆ, ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ, ਤੁਸੀਂ ਆ ਬੋਰਡਾਂ ਦੀਆਂ ਫੋਟੋਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ, ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ, ਬੀਏਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ, ਪਰ ਗੱਲ ਪੂਰੀ ਕਿਹੜੀ ਕੀਤੀ ਵੀ ਦੱਸ ਦਿਓ ਮੈਨੂੰ ਹੁਣ ਤੱਕ ਦੱਸ ਦਿਓ। 14,000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਦੇ ਏਜੰਟਾਂ ਦੀ, ਤੇ ਲਾਇਸੈਂਸ ਏਜੰਟ ਨੂੰ ਸਰਕਾਰ ਦਿੰਦੀ ਆ ਸੂਬਾ ਸਰਕਾਰਾਂ, ਇਹ ਜਿੰਨੇ ਤੁਹਾਡੇ ਹਜ਼ਾਰਾਂ ਏਜੰਟ ਬੈਠੇ ਨੇ ਲੱਖਾਂ ਪੰਜਾਬ ਚ, ਇਹ ਲਾਇਸੈਂਸ ਸਾਰਿਆਂ ਕੋਲੇ, ਸਰ ਤੁਸੀਂ ਜਾਰੀ ਕੀਤੇ ਆ, ਬਿਲਕੁਲ ਜਿਹਨੇ ਮੋਹਾਲੀ ਵਾਲਾ ਪਰਚਾ ਕਰਾਇਆ ਬਈ ਉਹ ਤੇ ਪਹਿਲਾਂ ਪਰਚਾ ਹੋਇਆ ਹੋਇਆ, ਜਿਹੜੀ ਦੇ ਲੁਧਿਆਣੇ ਵਾਲਾ ਪਰਚਾ ਉਹਦੇ 420 ਦੇ ਪਰਚੇ ਤੇ ਪਰਚੇ ਨੇ, ਹਾਂ ਕਿੰਨੇ ਪਰਚੇ ਨੇ, 420 ਦੇ ਪਰਚੇ ਆ ਉਹਦੇ ਤੇ, ਜਿਹੜੀ ਬੀਬੀ ਨੇ ਮੁਕੱਦਮਾ ਕਰਾਇਆ ਪਹਿਲਾਂ, ਜਿਹੜੀ ਕਦੀ 5,000 ਮੰਗਦਾ ਹੈ ਨਾ ਲਾਇਸੈਂਸ, ਨਾ ਲਾਇਸੈਂਸ ਹੈ ਨਾਲੇ ਪਰਚੇ ਹੈ, ਉਹ ਸ਼ਰਿਆਂ ਫਿਰਦੇ ਆ, ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ, ਕਾਨੂੰਨ ਤੋਂ ਉੱਤੇ ਨਿਕਲ ਹੋ ਗਿਆ। ਇਹ ਕਿਹੜਾ ਕਾਨੂੰਨ ਹੈ ਜਨਾਬ ਕਿ ਆਪਾਂ 389 ਬੀ ਲਾ ਦਈਏ ਭਾਨੇ ਤੇ ਕਿ ਚੈਨੀ ਖੋਲ ਲੱਗ ਗਿਆ, ਇਹ ਕਾਨੂੰਨ ਹੈ, ਭਾਨਾ 10,000 ਮੰਗਦਾ, ਇਹ ਕਾਨੂੰਨ ਹੈ, ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਰਿਮਾਂਡ ਨਹੀਂ ਮੁਕਦਾ, ਪਹਿਲਾਂ ਪਰਚਾ ਰਿਮਾਂਡ ਨਹੀਂ ਮੁਕਦਾ, ਪਹਿਲਾਂ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ, ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ, ਇਹ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਦੇ ਭਰਾ ਤੇ ਅਮਰੇ ਤੇ, ਇਹ ਕਾਨੂੰਨ ਹੈ, ਇਹ ਕਾਨੂੰਨ ਹੈ ਕਿ ਅੱਜ ਬੇਚਾਰੀ ਬੀਬੀ ਬੋਲੀ, ਉਹ ਜਿਹੜੀ ਮੁੰਡਾ ਧੂਰੀ ਤੋਂ MLA ਰਿਹਾ ਗੋਲਡੀ ਧੂਰੀ ਵਾਲਾ ਮੁੰਡਾ MLA, ਉਹਦੇ ਘਰੋਂ ਬੋਲੀ ਅੱਜ ਕੁੜੀ, ਉਹ ਕੀ ਖੰਗੂੜਾ ਕਹਿੰਦੇ ਉਹਨਾਂ ਨੂੰ ਪਤਾ ਨਹੀਂ, ਪੂਰਾ ਸਿਮਰਤ ਖੰਗੂੜਾ, ਸਿਮਰਤ ਖੰਗੂੜਾ ਬੋਲੀ ਕੁੜੀ ਵੀ ਇਹ ਜ਼ਬਰ ਕਰ ਰਿਹਾ, ਘਾਣ ਕਰ ਰਿਹਾ ਲੋਕਤੰਤਰ ਦਾ ਜੀ, ਲੋਕਾਂ ਦੀ ਆਵਾਜ਼ ਦੱਬ ਰਿਹਾ, ਅੱਜ ਹੀ ਹੱਥ ਨੇ ਗੋਲਡੀ ਧੂਰੀ ਵਾਲੇ ਦੇ ਘਰੇ ਵਿਜੀਲੈਂਸ ਦਾ ਸੰਮਣ ਆ ਗਿਆ ਵੀ ਆਜਾ ਤੜਕੇ ਆਜਾ ਵੀ ਪੇਸ਼ ਹੋ ਜਾ, ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ, ਜਿਹੜਾ ਬੋਲੂ ਉਹਦੇ ਨਾਲ ਤੱਕ, ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀਆਂ ਕੋਸ਼ਿਸ਼ ਕਰਦਾ, ਜਿਹੜਾ ਬੰਦਾ ਬੋਲਦਾ ਨਾਲ ਦੀ ਨਾਲ ਉਹਦਾ ਸੰਮਣ ਉਹਦਾ ਸੰਮਣ, ਇਹ ਕਹਿੰਦੇ ਸਾਨੂੰ ਜੀ ਉੱਥੇ ਲੁੱਟ ਲਿਆ, ਸਾਡੀ ਮੇਅਰ ਦੀ ਕੁਰਸੀ ਖੋ ਕੇ ਲੈ ਗਈ, ਬੀਜੇਪੀ ਲੁੱਟ ਕੇ ਲੈ ਗਈ, ਅਸੀਂ ਸੁਪਰੀਮ ਕੋਰਟ ਜਾਵਾਂਗੇ, ਲੋਕਤੰਤਰ ਦਾ ਘਾਣ ਹੋ ਗਿਆ, ED ਸਾਡੇ ਇਹਨੂੰ ਫੜਨ ਨੂੰ ਪਏ ਕੇਜਰੀਵਾਲ ਨੂੰ, ਤੁਹਾਡੇ ਵਾਰੀ ਘਾਣ ਹੁੰਦਾ ਜਨਾਬ, ਆਹ ਘਾਣ ਨੀ ਯਾਰ, ਆਹ ਬੈਠੀ ਆ ਬਿਰਧ ਵਿਚਾਰੀ, ਆਹ ਬੈਠੀ ਮਗਰ ਸਾਡੇ ਦੀ ਦਾਦੀ, ਰੋਜ਼ ਰੋਂਦੀ ਦੀਆਂ ਅੱਖਾਂ ਸੁੱਜੀਆਂ ਪੰਗਿਆਂ, ਇਹ ਘਾਣ ਨੀ, ਇਹ ਕਿਸੇ ਮਾਂ ਦਾ ਕਿ ਇਹਦਾ ਪੁੱਤ ਨੀ ਹੈਗਾ, ਇਹ ਕਿਸੇ ਖੂਨ ਨੀ, ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਏਜੰਟਾਂ ਦੇ ਫਸਾਦ ਦੇ ਖਿਲਾਨਾ ਕਰਦੇ, 10 ਮਾਨ ਸਾਹਿਬ 10 ਪੰਸਿਆਂ ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਸਰਕਾਰ ਤੇ ਕੱਢ ਕੇ ਦੇਰ ਕਾਢ, ਤੈਨੂੰ 2 ਸਾਲ ਹੋ ਗਏ, ਇੰਨੀਆਂ ਠੱਗੀਆਂ ਵੱਜੀਆਂ ਤੇਰੇ 2 ਸਾਲਾਂ ਚ, ਅਸ਼ਰਿਆ ਬੜਾ ਲਫਾਸਾ ਤੋਂ ਕੰਮ ਚੱਲਦਾ, 10 ਇੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨ ਰਿਕਾਰਡ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ, 10 ਜੇ ਕੋਈ ਦਿੱਤਾ ਪਰਚਾ ਤਾਂ। ਸੋ ਇਸ ਕਰਕੇ ਇਹ ਗੱਪ ਰੋੜਨੇ ਬੰਦ ਕਰ, ਗੁਮਰਾਹ ਕਰਨਾ ਲੋਕਾਂ ਨੂੰ ਬੰਦ ਕਰ ਦੇ, ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ, ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਉਂਗਲਾਂ ਚੱਟੀ ਜਾਂਦੇ ਆ, ਇਹ ਸਮਝ ਕੇ ਦਿੰਦੇ ਚਾਹੁੰਦਾ ਨੂੰ ਲੋਕ, ਬਹੁਤ ਹੋ ਗਿਆ, ਕੁਛ ਕਰਨਾ ਚਾਹੁੰਦਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਏ ਆ 3 ਸਾਲ ਤੇਰੇ ਕੋਲ।
ਨਹੀਂ ਲੋਕ ਹੈ ਬਹੁਤ ਵੱਡੀ ਤਾਕਤ ਜਬਰ ਨਾਲ ਲੋਕ ਦਵਾਈ ਨਹੀਂ ਦਿੰਦੇ ਹੁੰਦੇ ਇਹ ਬੜਾ ਵੱਡਾ ਭੁਲੇਖਾ ਪਾਲੀ ਬੈਠੇ ਤੇਰਾ ਸਲਾਹਕਾਰ ਪਤਾ ਨੀ ਕਿਹੜਾ ਜਿਹੜਾ ਇਹਦੀਆਂ ਸਲਾਹਾਂ ਦਿੰਦਾ ਚੱਕ ਕੇ ਇਹਨੂੰ ਵੀ ਬੰਦ ਆਹ ਬੋਲਿਆ ਇਹਨੂੰ ਵੀ ਬੰਦ ਕਰ ਦਿਓ ਆਹ ਬੋਲਿਆ ਇਹਨੂੰ ਵੀ ਬੰਦ ਕਰ ਦਿਓ ਸੋ ਇਸ ਕਰਕੇ ਬਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟਿੰਨ ਜਾ ਜ਼ੋਰ ਲਾਉਣਾ ਅੱਡੀ ਚੋਟੀ ਦਾ ਜੇ ਉਕਸਾ ਕੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜਬਰ ਕਰ ਗਏ ਜੇਲਾਂ ਸਿੱਟ ਗਏ ਸਿੱਟ ਲਾ ਪਰ ਇਹਨੂੰ ਇਹ ਵੀ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਕਿ ਕੋਈ ਗੱਲ ਨੀ ਆਓ ਜਿਹਨੇ ਮਾਰਨਾ ਡੰਗ ਅਸੀਂ ਖਾਣ ਨੂੰ ਚਾਹ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਵਾੜ ਸਕਦੇ ਆ ਫਿੱਟ ਕਰ ਸਕਦਾ ਕੋਈ ਨਾ ਕੋਈ ਕਹਾਣੀ ਹੁਣ ਇਹ ਪੂਰਾ ਬਰਤਾਨ ਆਪਣੇ ਮੀਡੀਆ ਛੱਡਣਗੇ ਪੂਰਾ ਆਪਣੇ ਇਹਨਾਂ ਨੇ ITC ਪੂਰਾ ਸਰਗਰਮ ਕਰਤਾ ਆਪਣਾ ਮੀਡੀਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਭਾਣੇ ਦੀਆਂ ਪੁਰਾਣੀਆਂ ਵੀਡੀਓ 5-7 ਸਾਲ ਵਾਲੀਆਂ ਇਹ ਜੀ ਐ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡਿਊਸਰ ਵਰਗਿਆਂ ਨਾਲ ਉਹ ਸਾਰਿਆਂ ਨੂੰ ਪਤਾ ਹੁਣ ਭਾਂਦਾ ਕੀ ਕਰਦਾ ਰਿਹਾ ਗੱਲ ਇਹ ਤੇ ਆ ਭਾਵੇਂ ਲਗਾਤਾਰ ਇੱਕ ਬਰਤਾਨਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਨੇ ਦੇ ਹੱਕ ਚ ਕੋਈ ਆਵੇ ਨਾ ਖੜੇ ਨਾ ਮੈਂ ਫਿਰ ਕਹਿੰਦਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ ਮਸਲਾ ਜਬਰ ਦੇ ਖਿਲਾਫ ਲੜਾਉਂਦਾ ਤੇ ਜਬਰ ਕਿਸੇ ਦੀ ਵੀ ਵਾਰੀ ਆਊਗੀ ਜਬਰ ਕਿਸੇ ਦੇ ਵੀ ਢਾਉਣਗੇ ਇਹ ਜਬਰ ਕਿਸੇ ਦੇ ਵੀ ਕਰਨਗੇ ਬਹੁਤ ਕੋਸ਼ਿਸ਼ ਆ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਹੜਾ ਮਾਹੌਲ ਬਣਾ ਦੇ ਕੋਈ ਗੱਲ ਨੀ ਜਿੱਥੇ ਕਦੇ ਵੀ ਸਾਨੂੰ ਘੇਰਦੇ ਆ ਮੌਕੇ ਦੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਦੇ ਨਾਲ ਦੀ ਨਾਲ ਇੱਕ ਵਾਹ ਹੋਰ ਬੁਲਾਉਣਗੇ ਉਹ ਨਿਬੜ ਗਿਆ ਜੀ ਨਿਬੜ ਗਿਆ ਜੀ ਨਾ ਵਾਹ ਚ ਨਾ ਜੀ ਨਿਬੜ ਨੁਬੜਾ ਹੈ ਅੱਜ ਹੀ ਮੈਨੂੰ 4-5 ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਨਿਬੜ ਗਿਆ ਮੈਂ ਕੋਈ ਨਿਬੜਿਆ ਨੀ ਜਿੰਨਾ ਚਿਰ ਸਾਡੇ ਮੂੰਹ ਚੋਂ ਗੱਲ ਨੀ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨੀ ਕਰਨਾ ਨਿਬੜਾਂ ਦੇ ਵਿੱਚ ਕੋਈ ਆਇਆ ਨੀ ਕਹਿੰਦੇ ਬੰਦੇ ਬਾਅਦ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਜਿਹਦਾ ਨਿਬੜ ਗਿਆ ਜੀ ਮਾਹੌਲ ਤਾਂ ਨੀ ਹੋਣਾ ਜਾਂ ਪਤਾ ਕੀ ਕਰਦੇ ਆ ਉਦੇ ਵੀ ਕਹਿੰਦੇ ਜੱਤੀ ਵਾਲੇ ਦਿਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹਦੇ ਬਾਗਿਆ ਆਪਣੇ ਮੁੰਡਾ ਫੰਡ 15 ਤੋਂ ਆਇਆ ਹੁੰਦੇ ਲੈਣ ਮੁੰਡੇ ਸੀ ਅੱਗੇ ਉਹਨੂੰ ਕਹਿੰਦਾ ਉਹ ਤਾਂ ਕੋਈ ਜਾਣਦੇ ਨੀ ਤੂੰ ਹੀ ਤੁਰਿਆ ਫਿਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ ਵਟਸਐਪ ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਵੀ ਉਸ ਤਰ੍ਹਾਂ ਇਕੱਠ ਨਹੀਂ ਹੁੰਦਾ ਜੀ ਰਾਜੀਨਾਮਾ ਹੋਗਾ ਜੀ ਨਿਬੜ ਗਿਆ ਜੀ ਉਹਦਾ ਵਾਪਸ ਲੈ ਲਿਆ ਜਿਹਨਾਂ ਨੇ ਨਾ ਜਿੰਨਾ ਚਿਰ ਸਾਡੇ ਮੂੰਹ ਦੇ ਵਿੱਚੋਂ ਵਾਰ ਵਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਗੱਲ ਓਨਾ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ 3 ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸੰਗਰੂਰ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮਲੈਂਡ ਭਰ ਲਿਓ ਆਪਣਾ ਆਪਣੇ ਮੋਬਾਈਲਾਂ ਦੇ ਉੱਤੇ ਗੂਗਲ ਮੈਪ ਤੇ ਡ੍ਰੀਮਲੈਂਡ ਵਟਸਐਪ ਕੀ ਹੈ ਬੇਰਕਾ ਮਿਲਕ ਪਲਾਂਟ ਆ ਬੇਰਕੇ ਵਾਲਾ ਪਟਿਆਲਾ ਬਾਈਪਾਸ ਤੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਰ ਹਾਲ ਚ ਉੱਥੇ ਪਹੁੰਚਣਾ ਕੋਈ ਗੱਲ ਨੀ ਜੇ ਇਹ ਸਾਡੇ ਤੇ ਜਬਰ ਢਾਊਗਾ ਤੇ ਇਹਦਾ ਜਬਰ ਇਹਦੇ ਤਾਬੂਤ ਚ ਇਹ ਟੋਪੀ ਵਾਲਾ ਕਿੱਲ ਹੋਊਗਾ ਹੰਕਾਰ ਨੂੰ ਹਮੇਸ਼ਾ ਮਾਰ ਹੁੰਦੀ ਆ ਕੋਈ ਗੱਲ ਨੀ ਜਬਰ ਦਾ ਸਾਹਮਣਾ ਕਰਨ ਨੂੰ ਤਿਆਰ ਮਾਰ ਡਾਂਗਾ ਚਲਾ ਕੇ ਉਹਦਾ ਜੋ ਤੇਰੀ ਭੁੱਖ ਰਹਿੰਦੀ ਆ ਮਟਾ ਲਾ ਛੱਡੀ ਨਾ ਕਸਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਵਾਰ ਵਾਰ ਨੀ ਉਹਨਾਂ ਤੁਹਾਨੂੰ ਦੱਸ ਦੇਣਾ ਜੇ ਪਹਿਲਾਂ ਰਹਿੰਦੇ ਵੀ ਸਮੇਂ ਸੀ ਉੱਠ ਕੱਢਦੇ ਨਾ ਜੋ ਉਦੋਂ ਡਰ ਕੇ ਘਰਾਂ 'ਚ ਵੜ ਗਏ ਸੀਗੇ ਦਸਤ ਬਰਾਤੀ ਸੀ ਆਹ ਦਿਨ ਨਹੀਂ ਸੀ ਆਉਣੀ ਜੇ ਹੁਣ ਵੀ ਐਂ ਵੜ ਗਏ
ਕਿਸਾਨ ਲਾਉਣ ਵਾਲੇ ਸਮੇਂ ਸਭ ਨੂੰ ਭੇਟੀ ਤੁਰੇ ਆਉਣਗੇ। ਇੱਕ ਬੰਦਾ ਵੀ ਕੋਈ ਟਿੱਪਣੀ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਆ, ਜਗਦੀਪ ਥਲੀ ਦਾ ਅੱਜ ਕੈਮਰਾਮੈਨ ਦਾ ਕੈਮਰਾ ਖੋਇਆ ਗਿਆ, ਭੰਨਿਆ ਗਿਆ। ਇੱਕ ਮੁੰਡਾ ਹਰੀਸ਼ ਜਿਹਾ ਕੋਈ ਸਟੇਟ ਟੀਵੀ ਵਾਲਾ ਕੋਈ ਦਸ ਸਟੇਟ ਪਤਾ ਨੀ ਚੈਨਲ ਦਾ ਨਾਂ ਇਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਏ ਅੱਜ, ਕਸਰ ਕੋਈ ਨੀ ਛੱਡ ਰਹੇ ਅੱਜ। ਪਰ ਇਹਨਾਂ ਨੇ ਬਹੁਤ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ। ਕੋਈ ਹੋਰ ਗੱਲ ਦੱਸੋ ਬਈ, ਕੋਈ ਕਹਿਣ ਵਾਲੀ ਆ ਤਾਂ। ਹਾਂਜੀ ਬਾਈ, ਇਹੀ ਸੀ ਵੀ ਜਿਹੜਾ ਦੇ ਹੱਕ ਚ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ। ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ, ਉਹ ਸਾਰਾ ਪਹਿਲੀ ਮਨੋਬਲ ਥੋੜਾ ਸਹੀ ਹੋਵੇ ਨਾ, ਮਨੋਬਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ। ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜਬਰ ਦਾ ਟਾਕਰਾ ਕੀਤਾ ਗੋਡੇ ਨਹੀਂ ਟੇਕੇ। ਇੱਕ ਵਾਰੀ ਇਤਿਹਾਸ ਪੜੋਗੇ ਤੁਹਾਨੂੰ ਸਮਝ ਲੱਗ ਜਾਏਗੀ ਸਾਰੀ, ਤੇ ਚੇਤੇ ਕਰ ਲਓ ਕਿਵੇਂ ਸਾਡੇ ਸਾਹਿਬਜ਼ਾਦਿਆਂ ਦਾ, ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਛ ਹੋਇਆ, ਤਸੀਹੇ ਦਿੱਤੇ ਗਏ ਕੀ ਕੁਛ ਹੋਇਆ, ਪਰ ਉਹਨਾਂ ਨੇ ਮੁਕਾਬਲਾ ਕੀਤਾ ਹੀ ਡਟ ਕੇ ਜਬਰ।